ਜੇ ਆਂਦੇ ਹੀ ਤੁਹਾਡੀ ਜਿਹੜੀ ਹੈ ਪੁਰਾਣੀ ਪੈਨਸ਼ਨ ਲਾਗੂ ਕਰ ਦਾਂਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਾਂਗੇ ਜਿਹੜੇ ਰਿਟਾਇਰੀ ਸਾਥੀ ਆ ਉਹਨਾਂ ਨੂੰ 2.5 ਦਾ ਗੁਣਾਕ ਦੇ ਕੇ ਪੇ ਕਮਿਸ਼ਨ ਲਾਗੂ ਕਰ ਦਾਂਗੇ ਜਿਹੜੇ 16 ਤੋਂ ਬਾਅਦ ਭਰਤੀ ਮੁਲਾਜ਼ਮ ਨੇ ਉਹਨਾਂ ਦਾ ਜਿਹੜਾ 3 ਸਾਲ ਦਾ ਪ੍ਰੋਵੀਸ਼ਨ ਉਹ 2 ਸਾਲ ਕਰ ਦਾਂਗੇ ਤੇ ਪੂਰੀ ਤਨਖਾਹ ਪ੍ਰੋਵੀਸ਼ਨ ਦੇ ਦੌਰਾਨ ਦਵਾਂਗੇ ਜਿਹੜਾ ਪੇ ਕਮਿਸ਼ਨ ਉਹ ਪੰਜਾਬ ਦਾ ਲਾਗੂ ਕਰ ਦਾਂਗੇ ਆਦੀ ਹੁਣ ਜਦੋਂ ਸਰਕਾਰ ਵਜੂਦ ਚ ਆ ਗਈ ਪਰ ਸਰਕਾਰ ਅਜੇ ਵੀ ਸੁੱਤੀ ਪਈ ਆ ਇਹ ਕਿਸ਼ਤਾ 10% ਰਹਿਣੀ ਆ ਉਹ ਲਾਗੂ ਕਰੋ ਤੇ ਕੱਚੇ ਮੁਲਾਜ਼ਮ ਪੱਕੇ ਕਰੋ ਘਟੋ ਘਟੇ ਤਿੰਨ ਮੰਗਾ ਜਿਹੜੀ ਇਹ ਤੇ ਜਿਹੜੇ ਸਾਡੇ ਰਿਟਾਇਰ ਹੀ ਸਾਥੀ ਉਹਨਾਂ ਨੂੰ 2.59 ਦਾ ਗੁਣਾ ਕਰ ਦੋ ਕੁਝ ਵੀ ਨਹੀਂ ਦਿੱਤਾ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਮੈਂ ਦੋ ਤਿੰਨ ਵਾਰ ਸੀਐਮ ਆਫਿਸ ਜਾ ਚੁੱਕਿਆ ਇਹ ਉਹ ਜੀ ਨਿਗੂਣੀਆਂ ਮੰਗਾ ਜਿਨ੍ਹਾਂ ਦੇ ਉੱਤੇ ਇੱਕ ਪੰਜੀ ਦਾ ਖਰਚ ਨਹੀਂ ਆਂਦਾ ਜੇ ਉਹ ਬੈਠ ਕੇ ਭਗਵੰਤ ਮਾਨ ਸਾਹਿਬ ਸੋਲਵ ਕਰ ਦੇਣ ਕੀ ਜਾਣਗੇ ਪਰ ਉਹਨਾਂ ਦੀ ਨੀਅਤ ਹੀ ਨਹੀਂ ਹੈਗੀ ਕੀ ਅਸੀਂ ਜਿਹੜੇ ਮਸਲੇ ਹੱਲ ਕਰੀਏ ਉਹ ਜਿਹੜੀ ਆ ਕਾਟ ਪੁਤਲੀ ਬਣੇ ਹੋਏ ਆ ਦਿੱਲੀ ਤੋਂ ਚੱਲ ਰਹੇ ਔਰ ਦਿੱਲੀ ਵਾਲਿਆਂ ਨੂੰ ਕੀ ਪਤਾ ਵੀ ਸਾਡੀਆਂ ਮੰਗਾ ਦੇਖੋ ਜੀ ਦਿੱਲੀ ਉਹਨਾਂ ਨੇ ਝੂਠ ਮਾਰਿਆ ਇੱਕ ਸਟੇਟ ਹਰਿਆਣਾ ਟੱਪ ਕੇ ਪੰਜਾਬ ਸੀ ਸਾਡੇ ਲੋਕਾਂ ਨੇ ਠਾ 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 ਵੋਟਾਂ ਉਹਨਾਂ ਨੂੰ ਦੇ ਕੇ ਜਿਤਾਤਾ ਹੁਣ 7 10 7-8 ਸਟੇਟਾਂ ਪਾਰ ਗੁਜਰਾਤ ਚਲੇ ਜਾਂਦਾ ਉਹ ਉਹੀ ਝੂਠ ਜੋ ਉਹਨਾਂ ਨੇ ਇੱਕ ਸਟੇਟ ਛੱਡ ਕੇ ਪੰਜਾਬ ਚ ਮਾਰੇ ਸਾਨੂੰ ਉਹੀ ਝੂਠ ਜਿਹੜਾ ਗੁਜਰਾਤ ਚ ਚੱਲ ਪਿਆ ਠੀਕ ਉਹ ਟੈਂਕੀ ਆ ਤੇ ਆਏ ਨੀਚੋਂ ਆ ਕੇ ਵਾਜਾ ਮਾਰਦੇ ਉੱਤੇ ਜਾ ਕੇ ਉਹਨਾਂ ਨੂੰ ਜੂਸ ਪਿਉਂਦੇ ਸੀ ਯਾ ਅਸ਼ਵਾਸ਼ਣ ਦੇਂਦੇ ਸੀਗੇ ਕਿ ਅਸੀਂ ਜਿਹੜੇ ਹੈਗੇ ਆ ਤੁਹਾਡੀਆਂ ਮੰਗਾ ਮੰਨਾਂਗੇ ਪਰ 7 ਮਹੀਨੇ ਬੀਜਾਂ ਤੋਂ ਉਹਨਾਂ ਨੂੰ ਪੰਜਾਬ ਦਾ ਖਿਆਲ ਨਹੀਂ ਆਇਆ